ਜਿਹਨੂੰ ਕਹਿੰਦੀ ਆ ਪੁਲਿਸ ਮੁਜਰਮ ਹੈ ਉਹਨੂੰ ਫੜਦੀ ਨੀ ਪਈ। ਸਾਰਿਆਂ ਦੇਖਿਆ ਸਰੇ ਆਮ ਮੇਰੇ ਭਰਾ ਨੂੰ ਕਤਲ ਕੀਤਾ। ਹਾਂ ਮੈਂ ਗੱਲ ਤੁਹਾਨੂੰ ਕਹੀ ਹੈ ਕਿ ਮੈਂ ਵਜ਼ੀਰੀ ਵਾਲਾ ਹਾਊਸ ਅੱਗੇ ਆ ਕੇ ਧਰਨਾ ਦਾਂਗਾ, ਅੱਗ ਲਾਵਾਂਗਾ, ਆਪਣੇ ਆਪ ਦੇ ਪੈਟਰੋਲ ਸੁੱਟ ਕੇ ਸਾਰੇ ਘਰ ਵਾਲਿਆਂ ਨੂੰ ਸੁੱਟ ਕੇ ਅੱਗ ਲਾਵਾਂਗਾ, ਕਿਉਂਕਿ ਮੈਨੂੰ ਇਨਸਾਫ ਨਹੀਂ ਮਿਲਦਾ ਪਿਆ। ਗਲਤ ਸੀ, ਬੜਾ ਮਨਾ ਕਰਦਾ ਸੀ, ਮੈਂ ਘਰ ਵਿੱਚ ਰਹਿੰਦੀ ਹਾਂ, ਮੈਨੂੰ ਦੱਸਦਾ ਨਹੀਂ ਸੀ। ਕਿਸੇ ਵੇਲੇ ਉਹਨਾਂ ਦੀ ਝਗੜਾ ਹੋ ਪੈਣਾ, ਮੈਂ ਆਖਣਾ ਪੁੱਤਰਾ ਕਿਉਂ ਹੋਇਆ, ਇਹਨਾਂ ਨੇ ਮੈਨੂੰ ਦੱਸਣਾ। ਤੇ ਮੇਰੀ ਮਾਂ ਦਾ ਬਲੱਡ ਪ੍ਰੈਸ਼ਰ ਦੀ ਮਰੀਜ਼ ਹੈ, ਕਿਤੇ ਤੇਜ਼ ਨਾ ਹੋ ਜਾਂਦਾ, ਕੁਝ ਹੋ ਨਾ ਜਾਏ। ਵਾਹਵਾ ਵਰਸਾ ਗੁਜ਼ਰ ਗਿਆ, ਕੋਈ 7-8 ਮਹੀਨੇ ਦਾ, ਫਿਰ ਪਤਾ ਨਹੀਂ ਉਹ ਕੋਈ ਬੰਦਾ ਅੰਦਰ ਆ ਗਿਆ, ਕੀ ਹੋਇਆ ਇੱਥੋਂ, ਇਹਨਾਂ ਨੇ ਮੈਨੂੰ ਦੱਸਿਆ। ਫਿਰ ਇਹਨਾਂ ਨੂੰ ਅਸੀਂ ਬੜੇ ਖੱਜਲ ਹੋਏ ਹਾਂ। ਫਿਰ ਮੇਰੇ ਪੁੱਤਰ ਨੇ ਆਖਿਆ, ਮਾਂ ਚਲੋ ਆਪਣੇ ਰਿਸ਼ਤੇਦਾਰ ਰਲ ਕੇ ਤੇ ਆਉਣਗੇ ਮੇਰੇ ਕੋਲ, ਤੇ ਚਲੋ ਇਹਨੂੰ ਮੈਂ ਵਸਾ ਲਾ। ਉਹਨਾਂ ਨੇ ਇਹੋ ਹੀ ਗੱਲ ਫੜੀ ਦੀ ਸੀ, ਅਸਾਂ ਮਾਰ ਛੱਡਣਾ, ਮਾਰ ਛੱਡਣਾ, ਮਾਰ ਛੱਡਣਾ। ਤਲਾਕ ਫਿਰ ਮੁੰਗਣ ਲੱਗ ਪਏ, ਅਸੀਂ ਦਾਲ ਤੇ ਚੜ ਕੇ ਲੈਣੀਆਂ ਵਿੱਚ ਜ਼ਫਰਵਾਲ ਦਾ ਮੁੰਡਾ ਸੀ, ਉਹ ਵਿਆਹ ਤੋਂ ਤਲਾਕ ਦਵਾ ਦਿੱਤੀ, ਸਮਾਨ ਚੁਕਾ ਦਿੱਤਾ। 6 ਮਹੀਨੇ ਹੋ ਗਏ ਸਨ ਸਮਾਨ ਚੁੱਕੇ ਨੂੰ ਵੀ, ਤੇ ਫਿਰ ਆ ਗਏ ਨੇ ਸਾਰਾ ਟੋਲਾ ਬਣ ਕੇ, ਗੱਡੀਆਂ ਗਲੀ ਚ ਖਿਲਾਰ। ਮੈਂ ਕੁਰਾਨ ਪੜ੍ਹਦੀ ਪਈ ਸਾਂ ਅੰਦਰ ਦੂਸਰੇ ਕਮਰੇ ਚ, ਉਸੇ ਕਮਰੇ ਚ ਵੜ ਗਏ ਨੇ। ਪਿੰਡ ਚ ਮੁਕਬਰੀ ਹੋਈ, ਜਿੱਥੇ ਨਮਾਜ਼ ਦਿਆ ਅਸੀਂ ਪੜ੍ਹਨ, ਯਾਰ ਨਮਾਜ਼ ਦੇ ਉੱਤੇ ਸਰਾਤ ਦੀ ਨਮਾਜ਼ 9 ਵਜੇ, 9:30 ਦਾ ਟਾਈਮ ਸੀ। ਅੰਦਰ ਵੜ ਗਏ ਨੇ, ਅੰਦਰ ਵੜ ਕੇ ਤੇ ਹੱਥ ਦੇ ਵਿੱਚ ਫੜੇ ਨੇ ਪਿਸਟਲ। ਮੇਰੀ ਪੋਤਰੀ ਏ ਉਹ ਫਰਿੱਜ ਸਾਫ ਕਰਦੇ, ਮੈਨੂੰ ਆਉਂਦੀ ਹੈ, ਦਾਦੀ ਅੰਮੀ ਅੰਦਰ ਕਾਮਰ ਤੇ ਮਾਣ ਤੋਰੀ ਵੜ ਕੇ ਪਿਸਟਲ ਹੱਥ 'ਚ ਫੜੇ ਨੇ, ਤੇ ਅਸਰਾਂ ਨੂੰ ਵਿਖਾਉਂਦੇ ਨੇ ਪਏ। ਤੇ ਮੈਂ ਉੱਠ ਕੇ ਗਈ ਹਾਂ ਜਾ ਕੇ, ਮੈਂ ਆਖਿਆ ਲਓ ਮੈਨੂੰ ਮਾਰੋ, ਮੈਨੂੰ ਧੱਕਾ ਦੇ ਕੇ ਅਸਰਾਂ ਮੰਜੀ ਤੇ ਸੁੱਟਿਆ ਤੇ ਗੋਲੀ ਚਲਾ ਦਿੱਤੀ। ਆ ਮੇਰਾ ਮਸੂਮ ਬਚਿਆ ਕਿਸ ਨੂੰ ਬਿਟਾ, ਇਹ ਹੁਣ ਨੱਸ ਗਿਆ ਕੋਠੇ 'ਚ, ਇਹ ਉੱਥੇ ਖੜਾ ਸੀ, ਇਹਦੇ 2 ਫੈਰ ਮਾਰੇ ਨੇ ਸਿਰ ਦੇ ਵਿੱਚ, ਹੱਡੀ 'ਚ ਵੱਜੇ ਨੇ, ਇਹ ਵੀ ਡਿੱਗ ਪਿਆ। ਮੈਨੂੰ ਵੀ ਕਾਸ਼ ਪਿਆ ਤਾਂ ਮੈਂ ਕੋਲ ਸਾਹਿਬ ਦੇਖਾਂ, ਪੁੱਤਰ ਨੂੰ ਵੇਖਿਆ ਤੇ ਪੁੱਤਰ ਪਿਆ, ਮੇਰੇ ਕੋਲ ਬਰਦਾਸ਼ਤ ਨਹੀਂ ਹੋਇਆ। ਮੈਂ ਉੱਥੇ ਰੋਂਦੀ ਖੱਪਦੀ ਰਹੀ, ਦੁਨੀਆ ਇਕੱਠੀ ਹੋ ਕੇ ਵੇਖਿਆ, ਦਿਲ 'ਚ ਪੈਰ ਦਾ ਵੇਖਿਆ। ਬਾਕੀ ਅਜੇ ਤੱਕ ਸਾਡੀ ਸੁਣਵਾਈ ਨਹੀਂ ਹੋਈ ਕੋਈ ਵੀ, ਨਾ ਪੁਲਿਸ ਨੇ ਸੁਣੀ ਹੈ, ਡਿਪੂਆਂ ਕੋਲ ਗਏ ਹਾਂ, ਉੱਥੇ ਕਿੱਥੇ ਆਉਂਦੇ ਨੇ ਵੱਡੇ ਵੱਡੇ, ਕੀ ਨੇ ਪੁਲਨਾ ਵਾਲੇ ਦਾ ਕੀ ਯਾਰ ਵੀ, ਉਹ ਕੀ ਉਹਨੂੰ ਆਉਂਦੇ ਨੇ, ਉੱਥੇ ਵੀ ਗਏ ਹਾਂ, ਕਿਸੇ ਨੇ ਸਾਡੀ ਸੁਣੀ। ਮੇਰਾ ਜਵਾਨ ਭਾਈ ਕਤਲ ਹੋਇਆ, ਕੋਈ ਤਹਾਫ਼ਜ਼ ਨਹੀਂ ਦਿੰਦੀ ਵੀ, ਨਾ ਪੁਲਿਸ ਦਿੰਦੀ ਵੀ ਹੈ, ਨਾ ਕੋਈ ਡੀ ਪੀ ਓ ਦਿੰਦਾ ਪਿਆ, ਨਾ ਆਰ ਪੀ ਓ ਦਿੰਦਾ ਪਿਆ, ਕਿ ਤੂੰ ਮੈਨੂੰ ਕੋਈ ਤਹਾਫ਼ਜ਼ ਨਹੀਂ ਮਿਲਦਾ ਪਿਆ। ਜਿਹੜੇ ਕਤਲ ਕੀਤਾ ਸਰੇਆਮ ਧਮਕੀਆਂ ਲਾਉਂਦੇ ਬਿਨਾ, ਤੈਨੂੰ ਵੀ ਕਤਲ ਕਰਨਾ, ਮੁਕੱਦਮੇ ਦੀ ਪੈਰਵਾਈ ਛੱਡ ਦੇ, ਪਿੱਛੇ ਹੋ ਜਾ। ਮੈਂ ਸਾਰਿਆਂ ਕੋਲ ਤੁਰ ਗਿਆ, ਡੀ ਪੀ ਓ ਕੋਲ ਤੁਰ ਗਿਆ, ਡੀ ਆਈ ਜੀ ਕੋਲ ਤੁਰ ਗਿਆ, ਸਾਰਿਆਂ ਕੋਲ ਤੁਰ ਗਿਆ, ਮੈਂ ਮਦਈ ਹਾਂ ਇਸ ਕੇਸ ਦਾ, ਲੇਕਿਨ ਮੇਰੀ ਕਿਸੇ ਨੇ ਨਹੀਂ ਸੁਣੀ। ਕਿਉਂ ਨਹੀਂ ਫੜਦੇ ਪਏ? ਇਹ ਇਮਰਾਨ ਖਾਨ ਸਾਹਿਬ ਤੁਸੀਂ ਤਬਦੀਲੀ ਲਿਆਏ ਹੋ, ਇਹ ਤਬਦੀਲੀ ਆ ਤੁਹਾਡੀ? ਇਸ ਤਬਦੀਲੀ ਨਾਲੋਂ ਤਾਂ ਪਹਿਲਾ ਕਾਨੂੰਨ ਠੀਕ ਸੀ ਨਵਾਜ਼ ਸ਼ਰੀਫ ਸਾਹਿਬ ਦਾ, ਹਰ ਗੱਲ ਸਾਨੂੰ ਪੁੱਛਦੇ ਹਨ, ਮਜ਼ਲੂਮ ਦਾ ਸਾਥ ਦਿੰਦੇ ਹਨ, ਫਿਰ ਤੁਸੀਂ ਮਜ਼ਲੂਮ ਦੀ ਸੁਣਦੇ ਹੀ ਨਹੀਂ ਪਏ। ਅੱਲਾਹ ਦੀ ਜ਼ਾਤ ਇਮਰਾਨ ਖਾਨ ਸਾਹਿਬ ਉੱਤੇ ਦੇਖਦੀ ਪਈ ਹੈ, ਤੁਸੀਂ ਬੜੇ ਦਾਅਵੇ ਕਰਦੇ ਹੋ ਕਿ ਮੈਂ ਤਬਦੀਲੀ ਲਿਆਵਾਂਗਾ, ਤਬਦੀਲੀ ਲਿਆਵਾਂਗਾ, ਕੀ ਤਬਦੀਲੀ ਤੁਸੀਂ ਲਿਆਂਦੀ ਹੈ ਦੱਸੋ ਮੈਨੂੰ? ਮੈਂ ਥਾਣੇ ਜਾ ਕੇ ਸਾਰਾ ਦਿਨ ਬਹਿ ਰਹਿਣਾ, ਮੇਰੀ ਕੋਈ ਗੱਲਬਾਤ ਨਹੀਂ ਸੁਣਦੇ। ਡੀਐਸਪੀ ਕਹਿੰਦਾ ਐਸਐਚਓ ਕੋਲ ਜਾ, ਐਸਐਚਓ ਕਹਿੰਦਾ ਏਐਸਆਈ ਕੋਲ ਜਾ, ਏਐਸਆਈ ਬਾਹਰ ਰੋਟੀ ਖਾਣ ਤੁਰ ਜਾਂਦਾ, ਇੱਥੇ ਬਹਿ ਆ ਕੇ ਸੁਣਨੇ ਆ ਤੇਰੀ। ਬੜੇ ਪਰੇਸ਼ਾਨ ਆਹੀ ਸਾਰੇ ਆ, ਮੇਰਾ ਬੁੱਢਾ ਮਾਂ ਪਿਓ ਹੈ, ਮੈਂ ਇਕੱਲਾ ਇਕੱਲਾ, ਮੇਰਾ ਭਰਾ ਹੀ ਇੱਕੋ ਵੀ ਮਾਰ ਛੜਿਆ। ਸਾਡੀ ਦਰਖਾਸਤ ਹੈ ਕਿ ਸਾਡੀ ਮਦਦ ਕੀਤੀ ਜਾਏ, ਮਿਹਰਬਾਨੀ ਆ ਇਮਰਾਨ ਖਾਨ ਸਾਹਿਬ, ਸਾਡੀ ਮਦਦ ਕੀਤੀ। ਦਿਨ ਦਿਹਾੜਿਆਂ ਦਾ ਯਾਮੀਨ ਦਾ ਭਾਈ ਕਤਲ ਕੀਤਾ ਗਿਆ, ਔਰ ਇੰਤਹਾਈ ਜ਼ਿਆਦਤੀ ਹੋਈ ਹੈ, ਠੀਕ ਹੈ ਨਾ। ਅਤੇ ਵਜ਼ੀਰ ਆਜ਼ਮ ਸਾਹਿਬ ਸਾਡੇ ਇਮਰਾਨ ਖਾਨ ਸਾਹਿਬ ਕਹਿੰਦੇ ਸਨ ਕਿ ਮੈਂ ਰਿਆਸਤ ਮਦੀਨਾ ਬਣਾ ਰਿਹਾ, ਉਹ ਰਿਆਸਤ ਮਦੀਨਾ ਕਿੱਥੇ ਗਈ ਹੈ ਅੱਜ? ਉਹ ਰਿਆਸਤ ਮਦੀਨਾ ਕਿੱਥੇ ਗਈ ਹੈ ਕਿ ਇਹਨਾਂ ਗਰੀਬਾਂ ਦੀ, ਗਰੀਬ ਆਦਮੀ ਦੀ ਅਗਰ ਰਿਆਸਤ ਮਦੀਨਾ ਵਿੱਚ ਨਹੀਂ ਸੁਣੀ ਜਾਂਦੀ ਤਾਂ ਇਹਨਾਂ ਨੂੰ ਜ਼ਹਿਰ ਦੇ ਦੇਸ਼ਾਂ ਨੂੰ ਫੈਰ ਮਾਰ ਦੇਣ, ਇਹਨਾਂ ਨੂੰ ਬਜ਼ਾਤੇ ਖੁਦ ਇਹਨਾਂ ਨੂੰ ਵਜ਼ੀਰ ਆਜ਼ਮ ਸਾਹਿਬ, ਵਜ਼ੀਰ ਆਲਾ ਸਾਹਿਬ, ਚੀਫ ਜਸਟਿਸ ਸਾਹਿਬ ਐਕਸ਼ਨ ਲੈ ਕੇ ਅਤੇ ਇਹਨਾਂ ਦੇ ਨਾਲ ਇਨਸਾਫ, ਇਹਨਾਂ ਨੂੰ ਇਨਸਾਫ ਦਿਲਾਉਣ, ਇਹਨਾਂ ਨਾਲ ਇਨਸਾਫ ਕੀਤਾ ਜਾਏ, ਇਹਨਾਂ ਨਾਲ ਜ਼ਿਆਦਾ ਹੋਈ ਹੈ। ਯਹਾਂ ਬੁਰੇ ਵਾਲੀ ਮੈਂ ਕਤਲ ਹੋਇਆ ਹੈ ਤੋ ਹਮਾਰੀ ਕੋਈ ਸੁਣ ਨਹੀਂ ਰਹਾ ਇਧਰ, ਯੇ ਬਜ਼ੁਰਗਾਂ ਕੀ ਕੋਈ ਨਹੀਂ ਸੁਣ ਰਿਹਾ। ਇੱਕ ਬੇਟਾ ਫੋਤ ਹੋ ਗਿਆ, ਦੂਸਰੇ ਕੋ ਵੀ ਧਮਕੀ ਦੀ ਜਾ ਰਹੀ ਹੈ, ਰੋਜ਼ ਆ ਰਹੇ ਹੈ, ਫੋਨ ਆ ਰਹੇ ਹੈ, ਉਹ ਡੇਟੇ ਵੀ ਨਿਕਾਲ ਕੇ ਦੇ ਰਿਹਾ, ਉਸਕੀ ਕੋਈ ਸੁਣਤਾ ਨਹੀਂ ਇਧਰ, ਗਾਉਂ ਮੈਂ ਕੋਈ ਨਹੀਂ ਉਨਕੀ ਆਗ ਸੁਣਤਾ, ਹਾਲ ਨਹੀਂ ਪੁੱਛਤਾ, ਕਿਉਂਕਿ ਉਹ ਡਰਤੇ ਹੈ, ਇਸ਼ਤਿਹਾਰੀਓ ਸੇ ਪੰਗਾ ਲੈ ਲਿਆ, ਤੋ ਯੇ ਪੁਰਾਣਾ ਪਾਕਿਸਤਾਨ ਹਮੇ ਚਾਹੀਏ, ਨਯਾ ਨਹੀਂ ਚਾਹੀਏ। ਅਗਰ ਹਮਾਰੇ ਲਈ ਕੁਛ ਕਰ ਸਕਤੇ ਹੋ ਤੋ ਪਲੀਜ਼ ਮੇਰੇ